ਇਹ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਚਲੋ ਗੱਲ ਕਰਦੇ ਹਾਂ ਅੱਜ ਦੇ ਇਸ ਵੀਡੀਓ ਦੇ ਬਾਰੇ ਵਿੱਚ। ਅਸੀਂ ਸਾਰਿਆਂ ਨੇ ਹੀ ਆਪਣੀ ਜ਼ਿੰਦਗੀ ਦੇ ਵਿੱਚ ਅਜਹੀਆਂ ਬਹੁਤ ਸਾਰੀਆਂ ਸਟੋਰੀਜ਼ ਦੇ ਬਾਰੇ ਵਿੱਚ ਸੁਣਿਆ ਹੋਵੇਗਾ ਜਾਂ ਫਿਰ ਦੇਖਿਆ ਹੋਵੇਗਾ। ਜਿਸਦੇ ਵਿੱਚ ਦੱਸਿਆ ਜਾਂਦਾ ਹੈ ਕਿ ਕਿਸੇ ਜਾਨਵਰ ਨੇ ਕਿਸੇ ਇਨਸਾਨੀ ਬੱਚੇ ਨੂੰ ਜਨਮ ਦਿੱਤਾ ਹੈ ਪਰ ਉਸ ਦੇ ਪਿੱਛੇ ਕੀ ਵਜ੍ਹਾ ਹੁੰਦੀ ਹੈ ਇਸ ਦੇ ਬਾਰੇ ਵਿੱਚ ਸ਼ਾਇਦ ਦੁਨੀਆ ਨੂੰ ਪਤਾ ਨਹੀਂ ਹੁੰਦਾ ਹੈ ਪਰ ਅੱਜ ਅਸੀਂ ਤੁਹਾਡੇ ਨਾਲ ਇੱਕ ਅਜਿਹੀ ਘਟਨਾ ਦੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੋ ਕਿ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਦੇ ਨਾਲ ਜੁੜੀ ਹੋਈ ਹੈ ਦਰਅਸਲ ਸ਼੍ਰੀ ਦਰਬਾਰ ਸਾਹਿਬ ਜੀ ਦੇ ਲਾਗੇ ਬਾਹਰ ਸੜਕ ਤੇ ਇੱਕ ਗਾਂ ਤੁਰਦੀ ਫਿਰਦੀ ਲੋਕਾਂ ਨੂੰ ਦਿਖਾਈ ਦਿੱਤੀ ਅਤੇ ਉਹ ਗਾਂ ਜਿਸ ਜਗ੍ਹਾ ਦੇ ਉੱਪਰ ਲੋਕਾਂ ਨੂੰ ਦਿਖਾਈ ਦਿੱਤੀ ਉਸੇ ਥਾਂ ਦੇ ਇੱਕ ਬੱਚਾ ਵੀ ਪਿਆ ਹੋਇਆ ਸੀ ਅਤੇ ਉਸ ਬੱਚੇ ਨੂੰ ਕਿਸੇ ਨੇ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਸੀ ਅਤੇ ਉਹ ਬੱਚਾ ਚੁੱਪਚਾਪ ਉਸ ਗਾਂ ਦੇ ਵੱਲ ਦੇਖ ਰਿਹਾ ਸੀ ਪਰ ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਹੋ ਸਕਦਾ ਹੈ ਕਿ ਇਹ ਬੱਚਾ ਕਿਸੇ ਹੋਰ ਦਾ ਹੋਵੇ ਜਾਂ ਫਿਰ ਕੋਈ ਵੀ ਇਨਸਾਨ ਉਸ ਬੱਚੇ ਨੂੰ ਇਸ ਤਰ੍ਹਾਂ ਸੁੱਟ ਗਿਆ ਹੋਵੇ ਲੋਕਾਂ ਨੇ ਇਹ ਦੇਖਦੇ ਆਂ ਹੀ ਇਹ ਗੱਲ ਬਣਾ ਲਈ ਕਿ ਇਹ ਬੱਚਾ ਉਸ ਗਾਂ ਦਾ ਹੈ ਜਿਸ ਜਦੋਂ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਇਸ ਸਾਰੇ ਮਾਮਲੇ ਦੇ ਪਿੱਛੇ ਅਸਲ ਵਜ੍ਹਾ ਕੁਝ ਹੋਰ ਸੀ ਜਿਸ ਦੇ ਬਾਰੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਦਰਅਸਲ ਰਾਤ ਦੇ ਸਮੇਂ ਕੋਈ ਇਨਸਾਨ ਆਇਆ ਅਤੇ ਉਸ ਨੇ ਉਸ ਬੱਚੇ ਨੂੰ ਦਰਬਾਰ ਸਾਹਿਬ ਜਿੱਦੇ ਬਾਹਰ ਇੱਕ ਸੜਕ ਦੇ ਕੋਲ ਪਿੰਦੇ ਫੁੱਟਪਾਥ ਦੇ ਉੱਪਰ ਲਟਾ ਦਿੱਤਾ ਅਤੇ ਉਹ ਗਾਂ ਵੀ ਉਸ ਵੇਲੇ ਉਸੇ ਜਗ੍ਹਾ ਤੇ ਤੁਰ ਫਿਰ ਰਹੀ ਸੀ ਪਰ ਉਸ ਇਨਸਾਨ ਨੇ ਉਸ ਬੱਚੇ ਨੂੰ ਉਸ ਜਗ੍ਹਾ ਤੇ ਰੱਖਿਆ ਤੇ ਆਪ ਭੱਜ ਗਿਆ ਹੁਣ ਇਹ ਸਭ ਕੁਝ ਕਿਸ ਤਰ੍ਹਾਂ ਪਤਾ ਲੱਗਿਆ ਇਸ ਦੇ ਬਾਰੇ ਵਿੱਚ ਵੀ ਤੁਹਾਨੂੰ ਦੱਸਦੇ ਹਾਂ ਦਰਅਸਲ ਇਹ ਸਭ ਕੁਝ ਜਿਸ ਦੁਕਾਨ ਦੇ ਸਾਹਮਣੇ ਹੋਇਆ ਸੀ ਉਸ ਦੁਕਾਨਦਾਰਨ ਦੇ ਦੁਕਾਨ ਦੇ ਵਿੱਚ ਲੱਗੇ ਸੀ ਸੀਟੀਵੀ ਕੈਮਰੇਆਂ ਦੇ ਦੁਆਰਾ ਸਭ ਕੁਝ ਦੇਖਿਆ ਗਿਆ ਕਿ ਇਹ ਸਭ ਕੁਝ ਕਿਵੇਂ ਹੋਇਆ ਹੈ ਪਰ ਇਸ ਸਬ ਦੇ ਪਿੱਛੇ ਦੀ ਅਸਲ ਵਜ੍ਹਾ ਨੂੰ ਜਾਣਨ ਤੋਂ ਬਗੈਰ ਦੁਨੀਆ ਨੇ ਕੁਝ ਹੋਰ ਹੀ ਮੰਨ ਘੜਤ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਜਦੋਂ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਪਤਾ ਕੀਤਾ ਗਿਆ ਤਾਂ ਲੋਕਾਂ ਦੇ ਮੂੰਹ ਆਪਣੇ ਆਪ ਬੰਦ ਹੋ ਗਏ ਕਿ ਇਹ ਬੱਚਾ ਉਸ ਗਾਂ ਦਾ ਨਹੀਂ ਹੈ ਬਲਕਿ ਕਿਸੇ ਇਨਸਾਨੀ ਜੀਵ ਦਾ ਹੈ ਜੋ ਕਿ ਇਸ ਬੱਚੇ ਨੂੰ ਉਸ ਜਗ੍ਹਾ ਦੇ ਉੱਪਰ ਰਾਤ ਦੇ ਸਮੇਂ ਰੱਖ ਗਿਆ ਹੁਣ ਇਸ ਉਸ ਇਨਸਾਨ ਦੀ ਕੀ ਮਜਬੂਰੀ ਸੀ ਜਾਂ ਫਿਰ ਉਸ ਇਨਸਾਨ ਨੇ ਜਾਣਬੁੱਝ ਕੇ ਇਹ ਸਭ ਕੁਝ ਕੀਤਾ ਇਸ ਦੇ ਬਾਰੇ ਵਿੱਚ ਤਾਂ ਉਹ ਇਨਸਾਨ ਹੀ ਜਾਣ ਸਕਦਾ ਹੈ ਹਾਲਾਂਕਿ ਇਸ ਪੂਰੀ ਸੀਸੀਟੀਵੀ ਵੀਡੀਓ ਤੋਂ ਬਾਅਦ ਉਸ ਦੁਕਾਨਦਾਰ ਨੇ ਪੁਲਿਸ ਨੂੰ ਵੀ ਇਹ ਸਭ ਕੁਝ ਦੱਸ ਦਿੱਤਾ ਹੈ ਤਾਂ ਕਿ ਕੱਲ ਨੂੰ ਉਸ ਦੇ ਉੱਪਰ ਕੋਈ ਵੀ ਬਲੇਮ ਨਾ ਆਵੇ ਅਤੇ ਹੁਣ ਅੱਗੇ ਪੁਲਿਸ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਸ਼ਾਨਬੀਨ ਕਰੇਗੀ ਅਤੇ ਇੱਕ ਨਤੀਜੇ ਤੇ ਪਹੁੰਚੇਗੀ ਕਿ ਇਹ ਸਭ ਕੁਝ ਕਿਸ ਨੇ ਕੀਤਾ ਹੈ ਅਤੇ ਕਿਸਤੇ ਵੱਲੋਂ ਅਜਿਹਾ ਪਾਪ ਕੀਤਾ ਗਿਆ ਹੈ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ